ਦੇਖਾਲ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊ ਅਪਡੇਟਸ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਚੀਜ਼ ਵੈਬਸਾਈਟ ਬਾਰੇ ਇਹ ਸਾਈਟ ਬਾਰੇ ਕੱਲ ਵੀ ਦੱਸਿਆ ਸੀ ਅਸੀਂ ਪਰ ਕੁਝ ਮਿੱਤਰ ਦੋਸਤਾਂ ਨੂੰ ਇਸ ਬਾਰੇ ਸਮਝ ਨਹੀਂ ਲੱਗੀ ਇਸ ਲਈ ਅਸੀਂ ਆਸਾਨ ਤਰੀਕੇ ਨਾਲ ਅੱਜ ਦੱਸਣ ਜਾ ਰਹੇ ਹਾਂ ਜੀ ਇਹ ਸਾਈਟ ਕੁਐਸਚਨ ਐਂਡ ਆਨਸਰ ਦੀ ਹੈ ਜੀ ਆਹ ਦੇਖੋ ਜੀ ਚੀਜ਼ ਲਿਖਿਆ ਕੁਐਸਚਨ ਐਂਡ ਆਨਸਰ ਜੀ ਕੁਐਸਚਨ ਐਂਡ ਆਨਸਰਾਂ ਦੀ ਹੈ ਇਸ ਵਿੱਚ ਸਿਰਫ ਤੁਹਾਨੂੰ ਨੇ ਕਰਨਾ ਕੀ ਹੈ ਓਨਲੀ ਕੁਐਸਚਨ ਇਹ ਵੈਬਸਾਈਟ ਦਿੰਦੀ ਹੈ ਜੀ ਆਪਾਂ ਨੂੰ ਉਹਨਾਂ ਦਾ ਆਨਸਰ ਦੇਣਾ ਜੀ ਆਪਾਂ ਜੇ ਆਪਾਂ ਨੂੰ ਆਨਸਰ ਨਹੀਂ ਆਉਂਦਾ ਤਾਂ ਆਪਾਂ ਛੱਡ ਵੀ ਸਕਦੇ ਆ ਇਸ ਸਾਈਟ ਨਾਲ ਬਹੁਤ ਟੀਚਰ ਜੁੜੇ ਹੋਏ ਨੇ ਜੀ ਜਿਹੜੇ ਇਹਨਾਂ ਦੇ ਕੁਐਸਚਨਾਂ ਦੇ ਆਨਸਰ ਬਹੁਤ ਸਾਰੇ ਬੱਚੇ ਵੀ ਜੁੜੇ ਹੋਏ ਨੇ ਆ ਤੁਹਾਡੇ ਸਾਹਮਣੇ ਫੋਟੋ ਨਜ਼ਰ ਆ ਰਹੀ ਹੈ ਜੀ ਵੀ ਮਤਲਬ ਕਿ ਬਹੁਤ ਜਣੇ ਇਸ ਨਾਲ ਜੁੜੇ ਹੋਏ ਨੇ ਸਾਈਟ ਨਾਲ ਤੇ ਬਹੁਤ ਪੈਸਾ ਵੀ ਕਮਾ ਰਹੇ ਨੇ ਤਾਂ ਹਨੇ ਸਿਰਫ ਜਿਹੜਾ ਕੁਐਸਚਨ ਆਉਂਦਾ ਤੁਸੀਂ ਉਹਦਾ ਆਨਸਰ ਦੇ ਦਿਓ ਨਹੀਂ ਆਉਂਦਾ ਤੁਸੀਂ ਉਹ ਕੁਐਸਚਨ ਨੂੰ ਸਕਿੱਪ ਵੀ ਕਰ ਸਕਦੇ ਹੋ ਸਕਿੱਪ ਕਰਨ ਤੋਂ ਬਾਅਦ ਤੁਸੀਂ ਜਿਹੜੇ-ਜਿਹੜੇ ਕੁਐਸਚਨ ਤੁਹਾਨੂੰ ਆਉਂਦੇ ਨੇ ਤੁਸੀਂ ਸਿਰਫ ਉਹਨਾਂ ਉਹਨਾਂ ਦਾ ਆਨਸਰ ਵੀ ਦੇ ਕੇ ਪੈਸੇ ਕਮਾ ਸਕਦੇ ਹੋ ਇਸ ਵਿੱਚ ਸਭ ਤੋਂ ਪਹਿਲਾ ਕੁਆਲੀਫਿਕੇਸ਼ਨ ਜੀ ਕੀ ਚਾਹੀਦੀ ਆਪਾਂ ਨੂੰ ਉਹ ਹੈਗੀ ਆ ਜੀ ਐਮਏ ਐਮਏ ਤੋਂ ਬਾਅਦ ਜੇ ਕੋਈ ਹੋਰ ਸਬਜੈਕਟ ਏ ਟੂ ਜ਼ेड ਸਬਜੈਕਟ ਨੇ ਜਿਸ ਵਿੱਚ ਉਹ ਸਬਜੈਕਟਾਂ ਦੇ ਹਿਸਾਬ ਨਾਲ ਤੁਸੀਂ ਆਪਣੇ ਅਨੁਸਾਰ ਕੋਈ ਵੀ ਸਬਜੈਕਟ ਚੁਣ ਸਕਦੇ ਹੋ ਜਿਸ ਦਾ ਤੁਸੀਂ ਆਨਸਰ ਦੇਣਾ ਹੋਵੇ ਤਾਂ ਨੇ ਸਿਰਫ ਇਸ ਦੇ ਕੁਐਸਚਨਾਂ ਦੇ ਆਨਸਰ ਦੇਣੇ ਨੇ ਜੀ ਹੋਰ ਕੁਝ ਨਹੀਂ ਕਰਨਾ ਤੁਹਾਨੂੰ ਤੇ ਲਾਸਟ ਵਾਰ ਮੈਂ ਕਹਿਣਾ ਚਾਹਾਂਗਾ ਜੀ ਆਪਣੇ ਚੈਨਲ ਨਿਊ ਅਪਡੇਟਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਇਸੇ ਤਰ੍ਹਾਂ ਦੀਆਂ ਨਿਊ ਨਿਊ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਅੱਗੇ ਚੈਨਲ ਨਾਲ ਅਸੀਂ ਆਹ ਦੱਸਣਾ ਚਾਹਾਂਗੇ ਜੀ ਇਸ ਦੀ ਪੂਰੀ ਡਿਟੇਲ ਮੈਂ ਪਿਛਲੀ ਵੀਡੀਓ ਵਿੱਚ ਦੇ ਚੁੱਕਾ ਸੀ ਤੇ ਉਸ ਦੀ ਵੀਡੀਓ ਦਾ ਲਿੰਕ ਵੀ ਮੈਂ ਇਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਜੀ ਜਿਸ ਨੂੰ ਕੋਈ ਸਮਝ ਨਾ ਲੱਗੇ ਉਹ ਵੀਡੀਓ ਦੁਬਾਰਾ ਦੇਖ ਸਕਦਾ ਜੀ ਉਸ ਵਿੱਚ ਸਾਰੀ ਜਾਣਕਾਰੀ ਦਿੱਤੀ ਗਈ ਹੈ ਤੇ ਲਾਸਟ ਵਾਰ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਥੈਂਕ ਯੂ